ਦਾ ਇਲਾਜ ਕਿਸੇ ਵੀ ਡਾਕਟਰ ਕੋਲੋਂ ਨਹੀਂ ਹੋ ਰਿਹਾ ਸੀ। ਦੇਖੋ ਦਰਬਾਰ ਸਾਹਿਬ ਪਹੁੰਚਦੇ ਹੀ ਗੁਰੂ ਰਾਮਦਾਸ ਜੀ ਨੇ ਮਹਿਤਾਬ ਤੇ ਕਿਰਪਾ ਕਿਵੇਂ ਕੀਤੀ ਹੈ, ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਅਜਿਹੀ ਘਟਨਾ ਬਾਰੇ ਦੱਸਾਂਗੇ ਜੋ ਕਿ ਮਹਿਤਾਬ ਦੇ ਬਾਰੇ ਹੈ। ਮਹਿਤਾਬ ਪਟਿਆਲੇ ਦਾ ਰਹਿਣ ਵਾਲਾ ਇੱਕ ਛੋਟਾ ਜਿਹਾ ਬੱਚਾ ਸੀ ਜਿਸ ਦੀ ਉਮਰ 10 ਤੋਂ 12 ਸਾਲ ਹੋਣੀ ਹੈ। ਹੌਲੀ ਹੌਲੀ ਉਹ ਚਲਦੇ ਚਲਦੇ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਜ਼ਿਆਦਾ ਬੇਵਸ ਹੋ ਚੁੱਕਿਆ ਸੀ ਕਿ ਨਾ ਉਹ ਤੁਰ ਸਕਦਾ ਸੀ ਤੇ ਨਾ ਹੀ ਫਿਰ ਸਕਦਾ ਸੀ, ਤੇ ਹਮੇਸ਼ਾ ਮੰਜੇ ਤੇ ਹੀ ਪਿਆ ਰਹਿੰਦਾ ਸੀ। ਪਰ ਉਸਦੀ ਅਸਲ ਕਹਾਣੀ ਬਾਰੇ ਇੱਕ ਇੰਟਰਵਿਊ ਦੇ ਵਿੱਚ ਵਿਸਥਾਰ ਦੇ ਨਾਲ ਦੱਸਿਆ ਗਿਆ ਸੀ, ਜਿਸ ਦੇ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਸਾਧ ਸੰਗਤ ਜੀ, ਪਹਿਲਾਂ ਤਾਂ ਗੱਜ ਕੇ ਫਤਿਹ ਸਾਂਝੀ ਕਰਦਿਆਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਕਰ ਤੁਸੀਂ ਵੀ ਵਿਸ਼ਵਾਸ ਕਰਦੇ ਹੋ ਕਿ ਗੁਰੂ ਰਾਮਦਾਸ ਜੀ ਦੀ ਮਹਿਮਾ ਇੰਨੀ ਜ਼ਿਆਦਾ ਹੈ ਕਿ ਕੋਈ ਵੀ ਵਿਅਕਤੀ ਆਪਣਾ ਦੁੱਖ ਹਰਨ ਉੱਥੇ ਕਰ ਸਕਦਾ ਹੈ, ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਗੁਰੂ ਰਾਮਦਾਸ ਜੀ ਦੀ ਮਹਿਮਾ ਸਾਰਿਆਂ 'ਤੇ ਵਾਪਰਦੀ ਹੈ, ਤਾਂ ਇਸ ਵੀਡੀਓ ਨੂੰ ਅੰਤ ਤੱਕ ਸਾਡੇ ਨਾਲ ਜ਼ਰੂਰ ਦੇਖਿਓ ਜੀ, ਅਤੇ ਧਿਆਨ ਨਾਲ ਇਸ ਵੀਡੀਓ ਨੂੰ ਜ਼ਰੂਰ ਸੁਣਿਓ। ਅਸਲ ਦੇ ਵਿੱਚ ਮਹਿਤਾਬ ਛੋਟੀ ਜਿਹੀ ਉਮਰ ਤੋਂ ਹੀ ਬੇਵਸ ਹੋ ਗਿਆ ਸੀ ਤੇ ਨਾ ਚੱਲ ਫਿਰ ਸਕਦਾ ਸੀ। ਫਿਰ ਉਸਦੇ ਮਾਤਾ ਪਿਤਾ ਨੇ ਸਾਰੀ ਜ਼ਬਾਨੀ ਕਹਾਣੀ ਦੱਸੀ ਕਿ ਸਾਨੂੰ ਸਾਰੇ ਡਾਕਟਰਾਂ ਦੇ ਵੱਲੋਂ ਜਵਾਬ ਮਿਲ ਗਿਆ ਸੀ ਕਿ ਮਹਿਤਾਬ ਦਾ ਕਿਤੇ ਵੀ ਇਲਾਜ ਨਹੀਂ ਹੋ ਸਕਦਾ। ਉਸ ਤੋਂ ਬਾਅਦ ਅਸੀਂ ਥੱਕ ਹਾਰ ਕੇ ਸਿਰਫ਼ ਵਾਹਿਗੁਰੂ ਦੇ ਵਿੱਚ ਭਰੋਸਾ ਕਰਨ ਲੱਗ ਪਏ ਸੀ, ਤੇ ਸਾਨੂੰ ਵੀ ਇਹੀ ਲੱਗਦਾ ਸੀ ਕਿ ਜੇ ਅਸੀਂ ਵਾਹਿਗੁਰੂ 'ਤੇ ਭਰੋਸਾ ਕਰਾਂਗੇ ਤਾਂ ਹੀ ਸਾਡਾ ਮਹਿਤਾਬ ਠੀਕ ਹੋ ਸਕਦਾ ਹੈ। ਪਰ ਸਾਡੀ ਉਮੀਦ ਸਾਰਿਆਂ ਵੱਲੋਂ ਟੁੱਟ ਚੁੱਕੀ ਸੀ। ਸਾਰੇ ਸਾਨੂੰ ਇਹੀ ਕਹਿ ਰਹੇ ਸੀ ਕਿ ਮਹਿਤਾਬ ਤਾਂ ਹੁਣ ਠੀਕ ਨਹੀਂ ਹੋ ਸਕਦਾ। ਪਰ ਇੱਕ ਦਿਨ ਕੀ ਵਾਪਰਦਾ ਹੈ ਕਿ ਅਸੀਂ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਜਦੋਂ ਜਾਂਦੇ ਹਾਂ ਤਾਂ ਹੌਲੀ ਹੌਲੀ ਸਾਨੂੰ ਦੱਸਿਆ ਜਾਂਦਾ ਹੈ, ਜਿਵੇਂ ਬੀਬੀ ਰਜਨੀ ਦੁਆਰਾ ਆਪਣੇ ਪਿੰਗਲੇ ਨੂੰ ਠੀਕ ਕੀਤਾ ਗਿਆ ਸੀ, ਤਾਂ ਸਾਨੂੰ ਵੀ ਕਈ ਲੋਕਾਂ ਨੇ ਦੱਸਿਆ ਕਿ ਤੁਸੀਂ ਆਪਣੇ ਪੁੱਤਰ ਦਾ ਇਸ਼ਨਾਨ ਬੇੜੀ ਥੱਲੇ ਕਰਵਾ ਲਿਓ। ਉਸ ਤੋਂ ਬਾਅਦ ਅਸੀਂ ਹਰ ਸਾਲ ਹਰ ਮਹੀਨੇ ਸੰਗਤ ਦੇ ਨਾਲ ਦਰਬਾਰ ਸਾਹਿਬ ਪਹੁੰਚ ਜਾਂਦੇ ਤੇ ਅਸੀਂ ਮਹਿਤਾਬ ਨੂੰ ਉੱਥੇ ਹੀ ਇਸ਼ਨਾਨ ਕਰਵਾਉਂਦੇ ਸੀ। ਉਸ ਤੋਂ ਬਾਅਦ ਸਾਨੂੰ ਲੱਗਣ ਲੱਗਿਆ ਕਿ ਮਹਿਤਾਬ ਸ਼ਾਇਦ ਹੁਣ ਠੀਕ ਹੋ ਜਾਵੇਗਾ। ਅਸੀਂ ਪਰਮਾਤਮਾ ਤੇ ਇੰਨਾ ਭਰੋਸਾ ਕਰ ਲਿਆ ਸੀ ਕਿ ਸਾਨੂੰ ਲੱਗਦਾ ਸੀ ਕਿ ਸਾਡਾ ਬੱਚਾ ਜ਼ਰੂਰ ਪੂਰਨ ਤੌਰ 'ਤੇ ਠੀਕ ਹੋ ਜਾਵੇਗਾ। ਪਰ ਇੱਕ ਦਿਨ ਕੀ ਵਾਪਰਦਾ ਹੈ, ਅਸੀਂ ਆਪਣੀ ਸੰਗਤ ਦੇ ਨਾਲ ਨਹੀਂ ਬਲਕਿ ਮਹਿਤਾਬ ਦੀ ਮਾਂ ਨੇ ਦੱਸਿਆ ਕਿ ਮੇਰੀ ਨਨਾਨ ਤੇ ਅਰਮਾਨ ਜੋ ਕਿ ਮਹਿਤਾਬ ਦਾ ਦੋਸਤ ਸੀ, ਅਸੀਂ ਉੱਥੇ ਗੁਰਦੁਆਰਾ ਸਾਹਿਬ ਜਦੋਂ ਪਹੁੰਚੇ ਤਾਂ ਅਸੀਂ ਮਹਿਤਾਬ ਨੂੰ ਇਸ਼ਨਾਨ ਕਰਵਾ ਰਹੇ ਸੀ, ਪਰ ਉਸ ਤੋਂ ਬਾਅਦ ਸਾਨੂੰ ਵ੍ਹੀਲਚੇਅਰ ਕਿਤੋਂ ਵੀ ਨਹੀਂ ਮਿਲੀ ਜਿਸ ਨਾਲ ਅਸੀਂ ਮਹਿਤਾਬ ਦਾ ਮੱਥਾ ਟਿਕਾ ਸਕੀਏ। ਉਸ ਤੋਂ ਬਾਅਦ ਮੈਨੂੰ ਬਹੁਤ ਦੁੱਖ ਹੋਇਆ ਕਿ ਅਸੀਂ ਮਹਿਤਾਬ ਨੂੰ ਅੱਗੇ ਕਿਵੇਂ ਲੈ ਕੇ ਜਾਵਾਂਗੇ। ਪਹਿਲਾਂ ਤਾਂ ਇਸਦੇ ਪਿਤਾ ਜੀ ਇਸਨੂੰ ਮੋਢਿਆਂ 'ਤੇ ਚੁੱਕ ਕੇ ਦਰਬਾਰ ਸਾਹਿਬ ਲੈ ਜਾਂਦੇ ਸੀ, ਪਰ ਅੱਜ ਦੇ ਦਿਨ ਉਹ ਵੀ ਅੱਗੇ ਲੰਘ ਚੁੱਕੇ ਸੀ, ਜਿਸ ਦੇ ਕਰਕੇ ਮਹਿਤਾਬ ਦਾ ਜਾਣਾ ਬਹੁਤ ਔਖਾ ਹੋ ਚੁੱਕਿਆ। ਤਾਂ ਉਸ ਸਮੇਂ ਇਸ਼ਨਾਨ ਕਰਨ ਤੋਂ ਬਾਅਦ ਸਾਨੂੰ ਮਹਿਤਾਬ ਨੇ ਕਿਹਾ ਕਿ ਮਾਤਾ ਜੀ, ਮੈਂ ਬਿਲਕੁਲ ਠੀਕ ਹਾਂ, ਤੁਸੀਂ ਮੈਨੂੰ ਥੋੜ੍ਹਾ ਜਿਹਾ ਤੁਰਨ ਦਾ ਮੌਕਾ ਤਾਂ ਦਿਓ, ਮੈਂ ਤੁਰ ਸਕਦਾ ਹਾਂ। ਫਿਰ ਮੈਂ ਸੋਚਿਆ ਕਿ ਕਿਉਂ ਨਾ ਮਹਿਤਾਬ ਨੂੰ ਥੋੜ੍ਹਾ ਬਹੁਤ ਤੋਰਿਆ ਜਾਵੇ। ਉਸ ਤੋਂ ਬਾਅਦ ਜਦੋਂ ਇਸ਼ਨਾਨ ਕਰਕੇ ਮਹਿਤਾਬ ਸਰੋਵਰ ਦੇ ਵਿੱਚੋਂ ਬਾਹਰ ਨਿਕਲਿਆ ਤਾਂ ਉਸ ਥੋੜ੍ਹਾ ਜਿਹਾ ਲੜਖੜਾ ਕੇ ਤੁਰ ਰਿਹਾ ਸੀ।
ਹੌਲੀ ਹੌਲੀ ਤੁਰਦੇ ਤੁਰਦੇ ਇੱਕ ਜਗ੍ਹਾ ਤੇ ਮਹਿਤਾਬ ਫਿਰ ਡਿੱਗ ਗਿਆ। ਅਰਮਾਨ ਨੇ ਮਾਤਾ ਜੀ ਨੂੰ ਕਿਹਾ ਕਿ ਮਾਤਾ ਜੀ ਕੋਈ ਗੱਲ ਨਹੀਂ, ਇਹ ਹੌਲੀ ਹੌਲੀ ਠੀਕ ਹੋ ਜਾਵੇਗਾ। ਤਾਂ ਜਦੋਂ ਹੀ ਦੁਬਾਰਾ ਫਿਰ ਮਹਿਤਾਬ ਨੇ ਆਵਾਜ਼ ਦਿੱਤੀ ਕਿ ਮੈਨੂੰ ਕੁਝ ਨਹੀਂ ਹੋਇਆ, ਮੈਂ ਬਿਲਕੁਲ ਠੀਕ ਹਾਂ, ਤਾਂ ਉਸ ਤੋਂ ਬਾਅਦ ਮਹਿਤਾਬ ਆਪਣੇ ਪੈਰਾਂ ਤੇ ਖੜਾ ਹੋ ਕੇ ਫਿਰ ਚੱਲਣ ਲੱਗ ਗਿਆ ਸੀ। ਫਿਰ ਜਿਹੜੀ ਸਾਈਡ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੇ ਲਈ ਕਈ ਅਪਾਹਜ ਲੋਕ ਲੰਘਦੇ ਸੀ, ਅਸੀਂ ਮਹਿਤਾਬ ਨੂੰ ਉੱਧਰ ਸਾਈਡ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਮਹਿਤਾਬ ਨੇ ਕਿਹਾ ਕਿ ਨਹੀਂ, ਮੈਂ ਸੰਗਤ ਦੇ ਨਾਲ ਹੀ ਜਾਵਾਂਗਾ। ਤਾਂ ਅਸੀਂ ਸਰੋਵਰ ਦੇ ਵਿੱਚੋਂ ਪਾਣੀ ਦੀ ਕੇਨੀ ਭਰ ਲਈ, ਅਤੇ ਜਦ ਹੀ ਲੱਗਦਾ ਸੀ ਕਿ ਮਹਿਤਾਬ ਤੁਰਨ ਦੇ ਵਿੱਚ ਦਿੱਕਤ ਮਹਿਸੂਸ ਕਰ ਰਿਹਾ ਹੈ, ਤਾਂ ਅਸੀਂ ਉਸਨੂੰ ਪਾਣੀ ਪਿਲਾ ਦਿੰਦੇ ਸੀ ਜਾਂ ਉਸਦੇ ਸਰੀਰ 'ਤੇ ਪਾਣੀ ਦੇ ਛਿੱਟੇ ਮਾਰ ਦਿੰਦੇ ਸੀ, ਜਿਸ ਤੋਂ ਬਾਅਦ ਮਹਿਤਾਬ ਬਿਲਕੁਲ ਪੂਰਨ ਤੌਰ 'ਤੇ ਆਪਣੇ ਪੈਰਾਂ 'ਤੇ ਖੜਾ ਹੋਣ ਲੱਗ ਗਿਆ। ਹੁਣ ਆਪਾਂ ਸਮਝ ਹੀ ਸਕਦੇ ਹਾਂ ਕਿ 10-12 ਸਾਲ ਦਾ ਬੱਚਾ ਕਿੰਨਾ ਔਖਾ ਹੁੰਦਾ ਹੈ ਸੰਭਾਲਣਾ, ਉਸਦਾ ਪਾਲਣ ਪੋਸ਼ਣ ਕਰਨਾ, ਜਦਕਿ ਉਹ ਬੱਚਾ ਸਭ ਕੁਝ ਆਪਣੇ ਆਪ ਕਰ ਸਕਦਾ ਸੀ। ਫਿਰ ਗੁਰੂ ਰਾਮਦਾਸ ਜੀ ਦੀ ਮਹਿਮਾ ਸਾਡੇ 'ਤੇ ਇੰਨੀ ਵਾਪਰ ਜਾਂਦੀ ਹੈ ਕਿ ਸਾਡਾ ਪੁੱਤਰ ਪੂਰਨ ਤੌਰ 'ਤੇ ਠੀਕ ਹੋ ਜਾਂਦਾ ਹੈ, ਜਿਸ ਦੇ ਕਰਕੇ ਅਸੀਂ ਧੰਨ ਗੁਰੂ ਰਾਮਦਾਸ ਦੇ ਦਰ 'ਤੇ ਹਰ ਸਾਲ ਹੀ ਜੱਥੇ ਦੇ ਨਾਲ ਜਾਂਦੇ ਹਾਂ ਅਤੇ ਸੰਗਤਾਂ ਨੂੰ ਵੀ ਦਰਸ਼ਨਾਂ ਦੇ ਨਾਲ ਲੈ ਕੇ ਪਹੁੰਚਦੇ ਹਾਂ। ਜੇਕਰ ਤੁਸੀਂ ਵੀ ਇਸ ਦੇ ਵਿੱਚ ਵਿਸ਼ਵਾਸ ਕਰਦੇ ਹੋ ਸੰਗਤ ਜੀ, ਤਾਂ ਕਮੈਂਟਾਂ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਜ਼ਰੂਰ ਲਿਖਿਓ। ਧੰਨਵਾਦ, ਰੱਬ ਰਾਖਾ।